ਕਟਾਲੇ ਬਾਬਾ ਜੀ ਦੇ ਸਹਿਯੋਗ ਨਾਲ ਤੁਹਾਡੇ ਕੋਲ ਹਰਾ ਚਾਰਾ ਪਹੁੰਚਿਆ ਜੀ, ਕੀ ਕਹਿਣਾ ਚਾਹੁੰਦੇ? ਧੁਨੀਦਾਸ ਡੇਰਾ ਜੀ ਦੇ ਮਹਾਨ ਜੀ ਵੱਲੋਂ ਜੋ ਇਹ ਸੇਵਾ ਕੀਤੀ ਗਈ ਹੈ, ਔਰ ਵਿਸ਼ੇਸ਼ ਤੌਰ ਤੇ ਸੰਤ ਗੋਪਾਲ ਦਾਸ ਜੀ ਵੀ ਜਿਹੜੀ ਇਹ ਸੇਵਾ ਨਿਭਾ ਰਹੇ ਨੇ, ਕਿਉਂਕਿ ਹੜਾਂ ਦੇ ਵਿੱਚ ਜੋ ਇਨਸਾਨ ਹੈ ਉਹਨਾਂ ਦੀ ਵੀ ਲੋਕਾਂ ਦੁਆਰਾ ਸੇਵਾ ਕੀਤੀ ਜਾ ਰਹੀ ਹੈ। ਇਨਸਾਨ ਆਪਣੀ ਸੁਵਿਧਾ ਅਨੁਸਾਰ ਬਾਜ਼ਾਰ ਜਾ ਕੇ ਉਹ ਖਾਣੇ ਦਾ ਪ੍ਰਬੰਧ ਕਰ ਸਕਦਾ, ਪਰ ਜੋ ਐਨੀਮਲਸ ਨੇ ਉਹ ਕਿਧਰੇ ਵੀ ਨਹੀਂ ਜਾ ਸਕਦੇ। ਹਰਾ ਚਾਰਾ ਜਿਹੜਾ ਕਾਫੀ ਹੜਾਂ ਦੇ ਵਿੱਚ ਖਤਮ ਹੋ ਗਿਆ। ਮੈਨੂੰ ਲੱਗਦਾ ਹੈ ਕਿ ਜੋ ਇਨਸਾਨ ਹੈ, ਜੋ ਇਹ ਦੁਧਾਰੂ ਐਨੀਮਲਸ ਨੇ, ਇਹਨਾਂ ਤੋਂ ਬਗੈਰ ਸਾਡੀ ਜ਼ਿੰਦਗੀ ਹੈ ਅਧੂਰੀ ਹੈ, ਕਿਉਂਕਿ ਇਹ ਸਾਡੇ ਲਈ ਦੁੱਧ ਦਿੰਦੇ ਨੇ, ਜੋ ਤੁਸੀਂ ਡਾਕਟਰਾਂ ਤੋਂ ਵੀ ਪੁੱਛ ਸਕਦੇ ਹੋ। ਦੁੱਧ ਤੋਂ ਉੱਤਮ ਚੀਜ਼ ਕੋਈ ਨਹੀਂ ਹੈਗੀ। ਸਭ ਤੋਂ ਜ਼ਬਰਦਸਤ ਡਾਇਟ ਹੈ ਜੋ ਦੁੱਧ ਹੈ, ਇਹਦੇ 'ਚ ਕਾਫੀ ਪ੍ਰੋਟੀਨ ਮਿਲਦੇ ਨੇ, ਔਰ ਇਹ ਬੇਜ਼ਬਾਨ ਜਾਨਵਰ ਕੁਝ ਵੀ ਨਹੀਂ ਬੋਲ ਸਕਦੇ। ਮੈਂ ਹੜ੍ਹ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਗਿਆ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੁਆਰਾ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਜੋ ਐਨੀਮਲਸ ਦਾ ਹੈ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਹੈ, ਕਾਫੀ ਦਿਨ ਤੋਂ ਭੁੱਖੇ ਸੀ, ਜਿਸ 'ਤੇ ਜੋ ਸੰਤ ਗੋਪਾਲ ਦਾਸ ਜੀ ਅਤੇ ਆਕੜ ਡੇਰੇ ਤੋਂ ਆਏ ਨੇ ਔਰ ਸੇਵਾ ਕਰ ਰਹੇ ਨੇ ਜਾਨਵਰਾਂ ਦੀ। ਇਹਨਾਂ ਨੇ 6-7 ਟਰਾਲੀਆਂ ਸਾਡੇ ਏਰੀਏ 'ਚ ਭੇਜੀਆਂ, ਜੋ ਲੋ ਲਾਇੰਗ ਏਰੀਏ ਦੇ ਵਿੱਚ ਅੱਜ ਹਰਾ ਚਾਰਾ ਸਪਲਾਈ ਕੀਤਾ ਜਾਵੇਗਾ। ਅਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਵੀ ਕੀਤਾ ਹੈ, ਅਤੇ ਅੱਗੇ ਤੋਂ ਵੀ ਹੜ੍ਹ ਦੇ ਸਮੇਂ ਜਾਂ ਕੋਈ ਕੁਦਰਤੀ ਆਫ ਸਮੇਂ ਇਸੇ ਤਰ੍ਹਾਂ ਸੇਵਾ ਇਹ ਕਰਦੇ ਨੇ, ਔਰ ਤੁਸੀਂ ਇਹਨਾਂ ਦਾ ਕਾਫੀ ਨਾਮ ਸੁਣਿਆ ਵੀ ਹੈਗਾ, ਜੋ ਲਗਾਤਾਰ ਸੇਵਾ ਕਰ ਰਹੇ ਨੇ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਅਤੇ ਲੰਬੀ ਉਮਰ ਬਖਸ਼ੇ, ਤਾਂ ਜੋ ਇਹ ਹੋਰ ਸੇਵਾ ਕਰਦੇ ਰਹਿਣ। ਥੈਂਕ ਯੂ ਵੈਰੀ ਮੱਚ।